ਇਹ ਜਿਹੜਾ ਪ੍ਰੋਜੈਕਟ ਹੈ ਮੈਂ ਆਪਣੇ ਮਾਤਾ ਪਿਤਾ ਜੀ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਇੱਛਾ ਦੇ ਮੁਤਾਬਕ ਸਟਾਰਟ ਕੀਤਾ ਸੀਗਾ। ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਦੇਖਿਆ ਸੀਗਾ MP ਦੇ ਵਿੱਚ ਵੀ। ਲਗਭਗ 8-9 ਮਹੀਨੇ ਹੋ ਗਏ ਪ੍ਰੋਜੈਕਟ ਸ਼ੁਰੂ ਹੋਏ ਨੂੰ। ਬ੍ਰਿਕਸ਼ ਕੱਟੇ ਜਾ ਰਹੇ ਆ, ਪੱਖੀਆਂ ਦੇ ਰਹਿਣ ਲਈ ਜਗ੍ਹਾ ਨਹੀਂ ਅਤੇ ਉਹਨਾਂ ਦੇ ਲਈ ਇੱਕ ਵਧੀਆ ਰਹਿਣ ਬਸੇਰਾ ਜੋ ਅਸੀਂ ਫੈਸਿਲਿਟੀਆਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਦਈਏ। ਅਤੇ ਉਹਨਾਂ ਦੇ 3000 ਪੰਛੀ ਰਹਿਣਗੇ, ਉਹਨਾਂ ਦਾ ਦਾਣਾ ਪਾਣੀ ਜਿਹੜਾ ਹਰ ਤਰੀਕੇ ਨਾਲ ਵਧੀਆ ਸੀਜ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਮਿਲੂਗਾ। ਪੰਛੀਆਂ ਨੂੰ ਤਾਂ ਹੁੰਦਾ ਕਿ ਲਾਈਕ ਉਹਨਾਂ ਨੂੰ ਖੁੱਲ੍ਹਾ ਅਸਮਾਨ ਚਾਹੀਦਾ ਹੁੰਦਾ ਹੈ, ਉਹ ਸਿਰਫ ਉੱਡਣਾ ਪਸੰਦ ਕਰਦੇ ਨੇ ਅਤੇ ਉਹ ਇਹਨਾਂ ਘਰਾਂ ਵਿੱਚ ਆ ਕੇ ਰਹਿਣ। ਬਿਲਕੁਲ ਰਹਿਣਗੇ ਜੀ, ਸਾਰਾ ਦਿਨ ਉੱਡ ਕੇ ਥੱਕਦੇ ਵੀ ਹੈ, ਸ਼ਾਮ ਨੂੰ ਉਹਨਾਂ ਨੇ ਘਰ ਜਾ ਕੇ ਰਹਿਣਾ ਵੀ ਹੈ। ਪੰਛੀਆਂ ਦੀ ਸੇਵਾ ਵਾਸਤੇ ਕੰਮ ਕਰ ਰਹੇ ਹੋ ਤੇ ਇਸ ਵਿੱਚ ਖਰਚਾ ਵਗੈਰਾ ਲਾਗਤ ਜਿਹੜੀ ਉਹ ਤੁਸੀਂ ਆਪਣੇ ਆਪ ਤੋਂ ਕਰ? ਦੇਖੋ ਜੀ, ਸ਼ੁਰੂਆਤ ਆਪ ਤੋਂ ਹੀ ਕਰਨੀ ਪੈਂਦੀ ਹੈ, ਬਾਕੀ ਕਾਰਵਾ ਜੁੜਦਾ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਬਾਬੂਸ਼ਾਹੀ ਟਾਈਮਸ, ਮੈਂ ਸ਼ੁਭਪ੍ਰੀਤ ਕੌਰ। ਅਕਸਰ ਅਸੀਂ ਦੇਖਦੇ ਹਾਂ ਕਿ ਸਰਕਾਰ ਵੀ ਅਤੇ ਲੋਕੀ ਵੀ ਜਿਹੜੇ ਹੈ ਫਲੈਟਸ ਬਣਾ ਰਹੇ ਨੇ, ਮੌਲਸ ਬਣਾ ਰਹੇ ਨੇ, ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਲੋਕਾਂ ਵਾਸਤੇ ਖੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ, ਪਰ ਜਾਨਵਰਾਂ ਵਾਸਤੇ, ਪੰਛੀਆਂ ਵਾਸਤੇ ਅਤੇ ਜੀਵਾਂ ਵਾਸਤੇ ਕੀ ਕੀਤਾ ਜਾ ਰਿਹਾ? ਹਾਲੇ ਤੱਕ ਕੋਈ ਉਪਰਾਲਾ ਉਹਨਾਂ ਵਾਸਤੇ ਨਹੀਂ ਕੀਤਾ ਜਾ ਰਿਹਾ ਅਤੇ ਇਸ ਖਾਸ ਉਪਰਾਲੇ ਨੂੰ ਜੈਨ ਸਮਾਜ ਵੱਲੋਂ ਕੀਤਾ ਜਾ ਰਿਹਾ ਹੈ, ਅੱਗੇ ਵੱਧ ਕੇ ਉਹਨਾਂ ਵਾਸਤੇ ਇੱਕ ਉਪਰਾਲਾ, ਪੰਛੀਆਂ ਵਾਸਤੇ ਇੱਕ ਉਪਰਾਲਾ ਕੀਤਾ ਜਾ ਰਿਹਾ। ਆਹ ਮੇਰੇ ਪਿੱਛੇ ਤੁਸੀਂ ਬਿਲਡਿੰਗ ਦੇਖ ਸਕਦੇ ਹੋ, ਇਹ ਕਲਰਫੁੱਲ ਦੀ ਜਿਹੜੀ ਬਿਲਡਿੰਗ ਬਣੀ ਹੋਈ ਹੈ, ਇਸ ਵਿੱਚ ਪੰਛੀਆਂ ਦੇ ਰਹਿਣ ਲਈ ਇਹ ਘਰ ਬਣਾਏ ਗਏ ਨੇ ਅਤੇ ਨਾਲ ਹੀ ਉਹਨਾਂ ਵਾਸਤੇ ਅੰਡਰ 1 ਰੂਫ ਸਾਰੀ ਵਿਵਸਥਾ ਕੀਤੀ ਗਈ ਹੈ ਕਿ ਇਸ ਦੇ ਨਿਚਲੇ ਫਲੋਰ ਵਿੱਚ ਉਹਨਾਂ ਵਾਸਤੇ ਹੋਸਪਿਟਲ ਵੀ ਬਣਾਇਆ ਗਿਆ, ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਵਿਮਿੰਗ ਪੂਲ ਜਿਹੜਾ ਹੈ ਇਹ ਪੰਛੀਆਂ ਵਾਸਤੇ, ਕਿ ਨਾਲ ਹੀ ਇੱਥੇ ਫੁਵਾਰਾ ਵੀ ਹੋਏਗਾ ਅਤੇ ਪੰਛੀ ਜਿਹੜਾ ਨੇ ਇੱਥੇ ਇੰਜੋਏ ਕਰ ਸਕਦੇ ਨੇ ਅਤੇ ਪਾਣੀ ਨਾਲ ਵੀ ਉਹਨੂੰ ਖੇਡ ਸਕਦੇ ਨੇ ਅਤੇ ਨਾਲ ਹੀ ਜਿਹੜੇ ਇੱਥੇ ਬਣੇ ਹੋਏ ਨੇ ਇੱਥੇ ਇਹਨਾਂ ਵਾਸਤੇ ਰੋਜ਼ ਫਰੈਸ਼ ਦਾਣੇ ਪਾਏ ਜਾਣਗੇ ਅਤੇ ਨਾਲ ਹੀ ਇੱਕ ਜਿਹੜਾ ਉਹਨਾਂ ਵਾਸਤੇ ਪਾਣੀ ਪੀਣ ਵਾਸਤੇ ਵੀ ਰੱਖਿਆ ਜਾਏ। ਅਤੇ ਸਰ, ਪਹਿਲਾਂ ਮੈਂ ਚਾਹੂੰ ਤੁਸੀਂ ਆਪਣੀ ਇੰਟਰੋਡਕਸ਼ਨ। ਰਕੇਸ਼ ਜੈਨ ਜੀ, ਭਗਵਾਨ ਮਹਾਂਵੀਰ ਜੀਵ ਸੇਵਾ ਟਰੱਸਟ ਰਜਿਸਟਰਡ ਲੁਧਿਆਣਾ, ਉਹਦਾ ਮੈਂ ਪ੍ਰੈਜੀਡੈਂਟ ਹਾਂ ਜੀ। ਇਹ ਜਿਹੜਾ ਪ੍ਰੋਜੈਕਟ ਹੈ ਮੈਂ ਆਪਣੇ ਮਾਤਾ ਪਿਤਾ ਜੀ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਇੱਛਾ ਦੇ ਮੁਤਾਬਕ ਸਟਾਰਟ ਕੀਤਾ ਸੀਗਾ। ਸਾਡਾ ਇੱਕ ਸਾਥੀ ਜਿਹਨੇ ਮੈਨੂੰ ਇਸ ਟਰੱਸਟ ਨੂੰ ਚਲਾਉਣ ਦੇ ਨਾਲ ਨਾਲ ਇਹਨੂੰ ਵੱਡਾ ਕਰਨ ਲਈ, ਪਬਲਿਕਲੀ ਕਰਨ ਲਈ ਕਿਹਾ ਸੀ, ਉਹ ਸਾਥੀ ਸਾਡਾ ਪਰਸੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸਭ ਤੋਂ ਪਹਿਲਾਂ ਉਹਦੇ ਪ੍ਰਤੀ ਮੈਂ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ, ਸੰਜੀਵ ਜੈਨ ਜੈਨ ਉਹਦੇ ਤੋਂ, ਜਿਨ੍ਹਾਂ ਦਾ ਇੱਕ ਬਹੁਤ ਹੀ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਸੀਗਾ। ਸਾਡੀ ਇੱਕ ਬਾਂਹ ਸੀ ਜਿਹੜੀ ਸਾਡੀ ਚਲੀ ਗਈ। ਉਦੋਂ ਬਾਅਦ ਹੁਣ ਅਸੀਂ ਇਹਨੂੰ ਪ੍ਰੋਜੈਕਟ ਨੂੰ ਜਦੋਂ ਸ਼ੁਰੂ ਕੀਤਾ, ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਦੇਖਿਆ ਸੀਗਾ MP ਦੇ ਵਿੱਚ ਜੀ, ਇੱਕ ਅਖਬਾਰ ਦੀ ਐਡ 'ਚੋਂ ਦੇਖ ਕੇ ਮੈਂ MP ਗਿਆ, ਗੁਜਰਾ MP ਉਜੈਨ ਦੇ ਵਿੱਚ ਬਣਿਆ ਸੀ। ਉੱਥੋਂ ਪਤਾ ਲਿੱਤਾ ਵੀ ਇਹ ਕਿਹਨੇ ਬਣਾਇਆ, ਇਹਦੇ ਬਣਾਉਣ ਵਾਲੇ ਬੰਦੇ ਸੀ ਗੁਜਰਾਤ ਦੇ। ਫਿਰ ਮੈਂ ਗੁਜਰਾਤ ਗਿਆ, ਉਹਨਾਂ ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਮਿਲਿਆ, ਉਦੋਂ ਬਾਅਦ ਸਾਰਾ ਪਲੈਨ ਆਊਟ ਕਰਕੇ ਉਹਨਾਂ ਨੂੰ ਇੱਥੇ ਜਗ੍ਹਾ ਦਿਖਾ ਕੇ ਅਤੇ ਉਹਨਾਂ ਨਾਲ ਪ੍ਰੋਜੈਕਟ ਦੀ ਅਸੀਂ ਸ਼ੁਰੂਆਤ ਕਰਤੀ। ਲਗਭਗ 8-9 ਮਹੀਨੇ ਹੋ ਗਏ ਪ੍ਰੋਜੈਕਟ ਸ਼ੁਰੂ ਹੋਏ ਨੂੰ, ਮਹੀਨੇ ਤੋਂ 1.5 ਮਹੀਨੇ ਦੇ ਵਿੱਚ ਪ੍ਰੋਜੈਕਟ ਸਾਡਾ ਪੂਰਾ ਕੰਪਲੀਟ ਹੋ ਜਾਏਗਾ। ਅਤੇ ਇਹ ਜਿਹੜਾ ਪੰਛੀਆਂ ਦਾ ਹੈਗਾ, ਸਾਡੇ ਜੈਨ ਸਮਾਜ ਦੇ ਵਿੱਚ ਜੀਵ ਦਿਆ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਸਾਡੇ ਗੁਰੂ ਧਰਮ ਧਰਿੰਦਰ ਜੀ ਜਿਸ ਦਿਨ ਇਹਦੀ ਸ਼ਿਲਾਨਿਆਸ ਹੋਈ ਸੀ ਉਹ ਇੱਥੇ ਸੀਗੇ, ਉਹਨਾਂ ਨੇ ਵੀ ਜੀਵ ਦਿਆ ਉੱਤੇ ਸਾਰਾ ਕੁਝ ਦੱਸਿਆ ਵੀ ਜੀਵ ਸੇਵਾ ਕਿਉਂ ਕਰਨੀ ਚਾਹੀਦੀ ਹੈ। ਹਰ ਬੰਦਾ ਹਰ ਪ੍ਰਾਣੀ ਦੀ ਸੇਵਾ ਕਰਦਾ, ਆਪਣੇ ਘਰਦਿਆਂ ਦੀ, ਰਿਸ਼ਤੇਦਾਰਾਂ ਦੀ, ਅਤੇ ਕੋਈ ਇਸ ਪਾਸੇ ਧਿਆਨ ਨਹੀਂ ਦਿੰਦਾ। ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਪਾਸੇ ਚੱਲੇ ਹਾਂ। ਇਹ ਅਸੀਂ ਇੱਕ ਆਪਣਾ ਹੈੱਡ ਆਫਿਸ ਭਗਵਾਨ ਮਹਾਂਵੀਰ ਜੀਵ ਸੇਵਾ ਟਰੱਸਟ ਦਾ ਬਣਾਇਆ ਔਰ ਅਸੀਂ ਇਹਦੀ ਅੱਗੇ ਚੇਨ ਚਲਾਵਾਂਗੇ। ਜਿਵੇਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਜਾਊਗਾ, ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਲੋਕ ਚੱਲ ਰਹੇ ਆ ਰਹੇ ਹੈ ਔਰ ਅਸੀਂ ਇਹਨੂੰ ਹਰ ਸ਼ਹਿਰ ਦੇ ਵਿੱਚ ਸਾਡੀ ਕੋਸ਼ਿਸ਼ ਹੋ ਵੀ ਇਹੋ ਜਿਹੇ ਟਾਵਰ ਬਣਾਏ ਜਾਣ ਜਿਹਦੇ ਨਾਲ ਬ੍ਰਿਕਸ਼ ਕੱਟੇ ਜਾ ਰਹੇ ਆ, ਪੰਛੀਆਂ ਦੇ ਰਹਿਣ ਲਈ ਜਗ੍ਹਾ ਨਹੀਂ ਅਤੇ ਉਹਨਾਂ ਦੇ ਲਈ ਇੱਕ ਵਧੀਆ ਰਹਿਣ ਬਸੇਰਾ ਜੋ ਅਸੀਂ ਫੈਸਿਲਿਟੀਆਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਦਈਏ। ਅਤੇ ਸਰ, ਇਸ ਵਿੱਚ ਕੁੱਲ ਕਿੰਨੇ ਕੁ ਪੰਛੀ ਜਿਹੜੇ ਨੇ ਉਹ ਰਹਿ ਸਕਦੇ? ਇਹਦੇ ਵਿੱਚ ਲਗਭਗ 3000 ਪੰਛੀ ਜਿਹੜੇ ਇਹਦੇ ਵਿੱਚ ਰਹਿਣਗੇ, 1200 ਤੋਂ ਉੱਪਰ ਇਹਨਾਂ ਦੇ ਘਰ ਹੈ ਅਤੇ ਉਹਨਾਂ ਦੇ 3000 ਪੰਛੀ ਰਹਿਣਗੇ। ਉਹਨਾਂ ਦਾ ਦਾਣਾ ਪਾਣੀ ਜਿਹੜਾ ਹਰ ਤਰੀਕੇ ਨਾਲ ਵਧੀਆ ਸੀਜ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਮਿਲੂਗਾ, ਉਹਨਾਂ ਦਾ ਸਵੀਮਿੰਗ ਪੂਲ ਸਭ ਕੁਝ, ਹਰ ਚੀਜ਼ ਉਹਨਾਂ ਲਈ ਰੈਡੀ ਹੋ ਰਹੀ ਹੈ।
ਤੇ ਸਰ ਤੁਹਾਨੂੰ ਲੱਗਦਾ ਕਿ ਮਤਲਬ ਪੰਛੀ ਜਿਹੜੇ ਨੇ ਕਿ ਜਿਵੇਂ ਪੰਛੀਆਂ ਨੂੰ ਤਾਂ ਹੁੰਦਾ ਕਿ ਲਾਈਕ ਉਹਨਾਂ ਨੂੰ ਖੁੱਲਾ ਅਸਮਾਨ ਚਾਹੀਦਾ ਹੁੰਦਾ ਹੈ, ਉਹ ਸਿਰਫ ਉੱਡਣਾ ਪਸੰਦ ਕਰਦੇ ਨੇ ਤੇ ਉਹ ਇੱਕ ਇਹਨਾਂ ਘਰਾਂ ਵਿੱਚ ਆ ਕੇ ਰਹਿਣਗੇ? ਬਿਲਕੁਲ ਰਹਿਣਗੇ ਜੀ, ਸਾਰਾ ਦਿਨ ਉੱਡ ਕੇ ਥੱਕਦੇ ਵੀ ਹੈ, ਸ਼ਾਮ ਨੂੰ ਉਹਨਾਂ ਨੇ ਘਰ ਜਾ ਕੇ ਰਹਿਣਾ ਵੀ ਹੈ। ਉਹਨਾਂ ਨਾਲੇ ਆਲਣੇ ਰਹਿ ਨਹੀਂ ਗਏ, ਬੰਦੇ ਨਹੀਂ, ਬ੍ਰਿਕਸ਼ ਖਤਮ ਹੋ ਰਹੇ ਆ। ਅਤੇ ਇਹ ਜਿਹੜੇ ਪ੍ਰੋਜੈਕਟ ਆ ਮੈਂ ਦੇਖ ਕੇ ਆਇਆ, ਉੱਥੇ ਪੰਛੀ ਐਨ ਪੂਰੇ ਹਰ ਤਰ੍ਹਾਂ ਨਾਲ ਭਰੇ ਹੋਏ ਸੀ। ਜਿਸ ਬੰਦੇ ਨੇ ਇੱਕ ਬਣਾਇਆ ਸੀ ਉਹਨੇ ਦੋ ਬਣਾ ਲਏ, ਜਿਹਨੇ ਦੋ ਬਣਾਏ ਸੀ ਉਹਨੇ ਚਾਰ ਬਣਾ ਲਏ। ਅਤੇ ਹਰ ਤਰ੍ਹਾਂ ਦੇ ਨਾਲ ਇਹਨੂੰ ਚੈੱਕ ਕਰਕੇ ਹੀ ਵੀ ਪੰਛੀ ਇਹ 'ਚ ਰਹਿਣਗੇ ਕਿ ਨਹੀਂ ਰਹਿਣਗੇ, ਤਾਂ ਹੀ ਇਹ ਪ੍ਰੋਜੈਕਟ ਸ਼ੁਰੂ ਕੀਤਾ। ਸਰ ਕਈ ਲੋਕ ਤਾਂ ਹੁਣ ਮਤਲਬ ਸਾਰੇ ਹੀ ਸ਼ੁਰੂ ਕਰਦੇ ਨੇ, ਇੱਦਾਂ ਦੀ ਇਮਾਰਤਾਂ ਬਣਾਉਂਦੇ ਨੇ, ਫਲੈਟਸ ਬਣਾਉਂਦੇ ਨੇ ਕਿ ਉਹਨਾਂ ਨੂੰ ਕਰਨਿੰਗ ਹੋ ਸਕੇ, ਤਾਂ ਤੁਸੀਂ ਤਾਂ ਸਿਰਫ ਇਹ ਸੇਵਾ ਵਾਸਤੇ ਕਿ ਪੰਛੀਆਂ ਦੀ ਸੇਵਾ ਵਾਸਤੇ ਕੰਮ ਕਰ ਰਹੇ ਹੋ, ਅਤੇ ਇਸ ਵਿੱਚ ਖਰਚਾ ਵਗੈਰਾ ਲਾਗਤ ਜਿਹੜੀ ਉਹ ਤੁਸੀਂ ਆਪਣੇ ਆਪ ਤੋਂ ਕਰ ਰਹੇ ਹੋ? ਦੇਖੋ ਜੀ, ਸ਼ੁਰੂਆਤ ਆਪ ਤੋਂ ਹੀ ਕਰਨੀ ਪੈਂਦੀ ਹੈ, ਬਾਕੀ ਕਾਰਵਾ ਜੁੜਦਾ ਜਾਂਦਾ। ਅਤੇ ਲੋਕ ਜਿਹਨੂੰ ਅਸੀਂ ਕਰੀ ਕਹਿੰਦੇ ਹਾਂ ਤਾਂ ਸਹਿਯੋਗ ਇੱਕ ਮਿੰਟ ਤੋਂ ਪਹਿਲਾਂ ਸਾਨੂੰ ਮਿਲ ਰਿਹਾ। ਇਹ ਇਸ ਵੇਲੇ ਸਭ ਦਾ ਸਾਥ ਸਾਡੇ ਨਾਲ ਹੈ, ਹਰ ਬੰਦਾ ਸਾਨੂੰ ਸਹਿਯੋਗ ਦੇ ਰਿਹਾ ਇਹਦੇ ਵਿੱਚ। ਹੁਣ ਇਹ ਇੱਕ ਬੰਦੇ ਦਾ ਨਹੀਂ ਰਿਹਾ, ਇੱਕ ਸੰਸਥਾ ਦਾ ਨਹੀਂ ਰਿਹਾ, ਇਹ ਸਾਰਿਆਂ ਦਾ ਜਨ ਜਨ ਦਾ ਹੋ ਗਿਆ। ਇਹ 'ਚ ਕਿਸੇ ਵੀ ਧਰਮ ਦਾ ਕੋਈ ਬੰਦਾ ਵੀ ਸਾਡਾ ਇਹਦਾ ਮੈਂਬਰ ਬਣ ਸਕਦਾ, ਉਹਦੇ ਉੱਤੇ ਕੋਈ ਪਾਬੰਦੀ ਨਹੀਂ। ਅਸੀਂ ਇਸ ਨੂੰ ਜੇ ਅੱਗੇ ਵਧਾਉਣਾ ਤਾਂ ਹਰ ਬੰਦੇ ਨੂੰ ਸਾਨੂੰ ਨਾਲ ਲੈ ਕੇ ਚੱਲਣਾ। ਅਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡੇ ਨਾਲ ਸਭ ਜੁੜਨ, ਅਤੇ ਅਸੀਂ ਇਹਨੂੰ ਜਿਹੜਾ ਪੰਛੀਆਂ ਦਾ ਹੈਗਾ, ਜੀਵਦਿਆਂ ਦਾ ਹੈਗਾ ਪ੍ਰਚਾਰ ਸਾਰੇ ਪੰਜਾਬ ਦੇ ਵਿੱਚ, ਜਿਵੇਂ ਉੱਧਰ MP ਗੁਜਰਾਤ ਦੇ ਵਿੱਚ ਹੈ, ਅਸੀਂ ਪੰਜਾਬ ਦੇ ਵਿੱਚ ਵੀ ਇੱਕ ਇਤਿਹਾਸ ਖੜਾ ਕਰ ਦਈਏ ਜੀਵਦਿਆਂ ਦਾ। ਅਤੇ ਸਰ ਇੱਥੇ ਪੰਛੀਆਂ ਨੂੰ ਲਿਆਇਆ ਕਿੱਦਾਂ ਜਾਏਗਾ, ਮਤਲਬ ਕਿਹੜੇ ਟਾਈਪ ਦੇ ਆ, ਕੋਈ ਟਾਈਪ ਹੋਏਗਾ ਉਹਨਾਂ ਦਾ, ਕੀ ਇੱਕ ਸੈੱਟ ਕੀਤਾ ਜਾਏਗਾ, ਕਿੱਦਾਂ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਏਗਾ? ਲੈ ਕੇ ਆਉਣ ਦੀ ਲੋੜ ਨਹੀਂ ਜੀ, ਇੱਥੇ ਪੰਛੀ ਵੈਸੇ ਹੀ ਇਸ ਏਰੀਏ ਦੇ ਵਿੱਚ ਬਹੁਤ ਹੈ। ਅਤੇ ਇਹਦੇ ਵਿੱਚ ਚਿੜੀਆਂ, ਕਬੂਤਰ ਅਤੇ ਆਪਣੇ ਤੋਤੇ, ਉਹਨਾਂ ਦੇ ਅਲੱਗ ਅਲੱਗ ਸਾਈਜ਼ ਦੇ ਮੁਤਾਬਕ ਉੱਪਰ ਘਰ ਬਣੇ ਹੋਏ ਆ, ਜ਼ਿਆਦਾ ਕਬੂਤਰਾਂ ਦੇ ਮੈਕਸੀਮਮ, ਫਿਰ ਉਹ ਚਿੜੀਆਂ ਦੇ ਵੀ ਬਣੇ ਹੋਏ ਆ, ਫਿਰ ਤੋਤਿਆਂ ਦੇ ਵੀ ਬਣੇ ਹੋਏ ਆ। ਉਹ ਖਾਨੇ ਦੇ ਮੁਤਾਬਕ, ਉਹਨਾਂ ਦੇ ਸਾਈਜ਼ ਦੇ ਮੁਤਾਬਕ ਹੀ ਉਹ ਚੀਜ਼ਾਂ ਬਣੀਆਂ ਹੋਈਆਂ। ਇੱਕ ਪੂਰੀ ਟੀਮ ਬਕਾਇਦਾ ਇਸ ਲਈ ਅਡੋਪਟ ਕੀਤੀ ਜਾਏਗੀ ਕਿ ਜੋ ਪੰਛੀਆਂ ਨੂੰ ਪ੍ਰੋਪਰ ਕੇਅਰ ਦੇ, ਜਿਵੇਂ ਨੀਚੇ ਤੁਸੀਂ ਦਿਖਾਇਆ ਕਿ ਹੋਸਪਿਟਲ ਵੀ ਉਹਨਾਂ ਵਾਸਤੇ ਬਣਿਆ ਹੈ, ਅਤੇ ਉੱਥੇ ਕਿੱਦਾਂ ਦੇ ਮੈਂਬਰਸ ਜਿਹੜੇ ਹੋਣ? ਸਾਡਾ ਟਰੱਸਟ ਬਣਿਆ ਜੀ, ਉਹਦੇ ਮੈਂਬਰ ਕੋਈ ਵੀ ਤੁਹਾਨੂੰ ਦੱਸਿਆ ਬਣ ਸਕਦਾ। ਟੀਮ ਸਾਡੀ ਬਣੀ ਹੋਈ ਹੈ ਔਰ ਅਸੀਂ ਹੋਰ ਉਹਦੇ ਨਾਲ ਬੰਦੇ ਜੋੜਦੇ ਜਾਣੇ ਹਾਂ। ਹੋਸਪਿਟਲ ਹੈ ਅਤੇ ਉਸ ਲਈ ਤਾਂ ਪੰਛੀਆਂ ਵਾਸਤੇ ਬਰਡਸ ਵਾਸਤੇ ਇੱਕ ਅਲੱਗ ਡਾਕਟਰ ਵੀ ਤੁਹਾਨੂੰ ਰੱਖਣਾ ਪਏਗਾ, ਅਤੇ ਉਹ ਪੂਰੀ ਟੀਮ ਜਿਵੇਂ ਤੁਸੀਂ ਪੂਰੀ ਅਡੋਪਟ? ਬਿਲਕੁਲ ਜੀ ਬਿਲਕੁਲ, ਡਾਕਟਰ ਰੱਖਿਆ ਜਾਏਗਾ, ਤਾਂ ਹੀ ਹੋਸਪਿਟਲ ਚੱਲੇਗਾ ਜੀ, ਡਾਕਟਰ ਤੋਂ ਬਗੈਰ ਤਾਂ ਚੱਲਣਾ ਨਹੀਂਗਾ। ਬਕਾਇਦਾ ਟਾਈਮ ਟੂ ਟਾਈਮ ਫਿਕਸ ਟਾਈਮ ਹੋਏਗਾ ਡਾਕਟਰ ਦਾ, ਔਰ ਉਹਦੇ ਉੱਤੇ ਡਾਕਟਰ ਆਏਗਾ। ਸ਼ਹਿਰ ਦਾ ਕਿਸੇ ਵੀ ਏਰੀਏ ਦਾ ਕੋਈ ਵੀ ਪੰਛੀ ਹੋਵੇ, ਉਹਦਾ ਵਿਦਆਊਟ ਕੋਈ ਪੈਸੇ ਫਰੀ ਆਫ ਕੋਸਟ ਇਲਾਜ ਕੀਤਾ ਜਾਊਗਾ। ਜਿਵੇਂ ਡੋਰਾਂ ਦੇ ਨਾਲ ਲੋਹੜੀ ਆ ਜਾਂਦੀ ਜਾਂ ਹੋਰ ਆਉਂਦੀ ਆ, ਉਸ ਵੇਲੇ ਪੰਛੀ ਬਹੁਤ ਜ਼ਿਆਦਾ ਘਾਇਲ ਹੁੰਦੇ ਆ, ਅਤੇ ਅਸੀਂ ਆਪਣਾ ਉਸ ਮੁਤਾਬਕ ਆਪਣੀ ਐਡ ਦੇਵਾਂਗੇ ਵੀ ਜੋ ਵੀ ਸ਼ਹਿਰ ਦੇ ਵਿੱਚ ਕਿਸੇ ਨੂੰ ਪੰਛੀ ਮਿਲਦਾ ਇੱਥੇ ਲਿਆਓ, ਅਤੇ ਉਹਦਾ ਇਲਾਜ ਅਸੀਂ ਫਰੀ ਆਫ ਕੋਸਟ ਕਰਾਂਗੇ। ਸਰ ਮੈਂ ਚਾਹਾਂਗੀ ਪਰ ਤੁਸੀਂ ਆਪ ਇਹ ਸਾਰਾ ਜੋ ਵੀ ਪ੍ਰੋਜੈਕਟ ਆ ਉਸਨੂੰ ਬਰੀਫ ਕਰ ਦੇਵੋ ਕਿ ਇੱਥੇ ਮਤਲਬ ਕਿੱਥੇ ਕੀ ਹੋਏਗਾ। ਦੇਖੋ ਜੀ, ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਫਲੈਟਸ ਤਿਆਰ ਹੋ ਗਏ ਜੀ ਇਹਨਾਂ ਦੇ, ਜਿਹਦੇ ਵਿੱਚ 3000 ਪੰਛੀ ਰਹਿਣਗੇ। ਉਦੋਂ ਬਾਅਦ ਉਹਨਾਂ ਦਾ ਸਵੀਮਿੰਗ ਪੂਲ ਤਿਆਰ ਹੋ ਰਿਹਾ, ਇਹ ਵੀ ਵਿਦਿਨ ਮੰਥ ਸਭ ਕੁਝ ਰੈਡੀ ਹੋਏਗਾ। ਦਾਣਾ ਪਾਉਣ ਲਈ ਉਹਨਾਂ ਲਈ ਰੇਲਿੰਗ ਚਾਰੋਂ ਪਾਸੇ ਬਣ ਗਈ ਹੈ, ਇਹ ਕੰਪਲੀਟ ਹੋਣੀ ਰਹਿੰਦੀ ਥੋੜ੍ਹੀ ਜਿਹੀ, ਇਹਨਾਂ ਟਾਈਲਸ ਵਗੈਰਾ ਲੱਗਣੀਆਂ, ਇਹ ਵੀ ਕੰਪਲੀਟ ਹੋ ਜਾਏਗੀ। ਨੀਚੇ ਸਾਡਾ ਹੋਸਪਿਟਲ ਬਣ ਰਿਹਾ ਫਸਟ ਫਲੋਰ 'ਤੇ, ਉਹ ਵੀ ਨਾਲ ਨਾਲ ਅਸੀਂ ਤਿਆਰ ਕਰ ਰਹੇ ਹਾਂ। ਬਜ਼ੁਰਗ ਬੱਚਿਆਂ ਨੇ ਆਉਣਾ, ਉਹਨਾਂ ਨੂੰ ਉੱਪਰ ਆਉਣ ਦੀ ਦਿੱਕਤ ਆ, ਉਹਦੇ ਲਈ ਅਸੀਂ ਲਿਫਟ ਵੀ ਲਗਾ ਰਹੇ ਹਾਂ ਨਾਲ ਹੀ, ਵੀ ਉੱਪਰ ਆ ਕੇ ਦਾਣਾ ਪਾਉਣਾ ਉਹਨਾਂ ਨੂੰ ਸੁਵਿਧਾ ਰਹੇ। ਅਤੇ ਬਾਕੀ ਜਿਹੜਾ ਹੈਗਾ ਹਰ ਸਿਸਟਮ ਜੋ ਪੰਛੀਆਂ ਨੂੰ ਚਾਹੀਦਾ, ਸਾਡੀ ਕੋਸ਼ਿਸ਼ ਹੋਏਗੀ ਵੀ ਸਾਨੂੰ ਕੋਈ ਦੱਸੇਗਾ ਵੀ ਆਹ ਚੀਜ਼ ਚਾਹੀਦੀ ਆ ਪੰਛੀਆਂ ਲਈ, ਤਾਂ ਅਸੀਂ ਉਹ ਵੀ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਕਰਨ ਦੀ। ਹਰ ਬੰਦਾ ਇੱਕ ਹਰ ਚੀਜ਼ ਵਿੱਚ ਕੀ ਕੋਈ ਬਣਾ ਰਿਹਾ, ਕੁਛ ਹੀ ਇੰਨਾ ਸਪੈਂਡ ਕਰ ਰਿਹਾ, ਉਸ ਵਿੱਚ ਆਪਣਾ ਪ੍ਰੋਫਿਟ ਦੇਖਦਾ, ਅਤੇ ਤੁਸੀਂ ਇਸ ਵਿੱਚ ਕੀ ਸੋਚ ਕੇ ਬਣਾਇਆ? ਸਾਡਾ ਵੀ ਇਹ ਪ੍ਰੋਫਿਟ ਹੀ ਹੈ ਜੀ, ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਇਹਦੂ ਵੱਡਾ ਪ੍ਰੋਫਿਟ ਤਾਂ ਹੋ ਹੀ ਨਹੀਂ ਸਕਦਾ। ਸਾਰਾ ਪੈਸੇ ਦਾ ਪ੍ਰੋਫਿਟ ਨਹੀਂ ਹੁੰਦਾ, ਕੁਛ ਪ੍ਰੋਫਿਟ ਐਸੇ ਹੁੰਦੇ ਆ ਰੱਬ ਕੋਲ ਜਾਣਾ ਹੈ, ਤਾਂ ਇਹ ਸਮਝੋ ਅਸੀਂ ਜਿਹੜਾ ਰੱਬ ਕੋਲ ਜਾਣਾ ਅਸੀਂ ਆਪਣਾ ਪ੍ਰੋਫਿਟ ਲੈ ਕੇ ਜਾ ਰਹੇ ਹਾਂ ਵੀ ਅੱਗੇ ਨੂੰ ਵੀ ਸਾਨੂੰ ਇਹੀ ਸਤਿਬੁੱਧੀ ਮਿਲੇ, ਅਸੀਂ ਇਸ ਕੰਮ ਦੇ ਵਿੱਚ ਅਗਲੇ ਜਨਮ 'ਚ ਵੀ ਇਹੀ ਕੰਮ ਕਰੀਏ, ਜਿਹੜੀ ਸੇਵਾ ਦਾ ਕੰਮ ਹੈ ਇਹੀ ਪ੍ਰੋਫਿਟ ਹੈ ਸਾਡਾ। ਸਰ ਤੁਹਾਡਾ ਕੀ ਕਹਿਣਾ ਇਸ ਪ੍ਰੋਜੈਕਟ ਬਾਰੇ, ਜਿਹੜੀ ਸਰ ਨੇ ਇੰਨਾ ਕੁਛ ਦੱਸਿਆ, ਇੰਨੀ ਵਧੀਆ ਗੱਲਾਂ ਦੱਸੀਆਂ, ਤੁਹਾਡਾ ਕੀ ਕਹਿਣਾ? ਮੈਂ ਵਿਸ਼ਾਲ ਜੈਨ ਹੈਬੋਵਾਲ ਸੇ ਲੁਧਿਆਣਾ ਸੇ। ਸਭ ਤੋਂ ਪਹਿਲਾਂ ਤਾਂ ਮੈਂ ਰਕੇਸ਼ ਜੀ ਨੂੰ ਮੁਬਾਰਕਬਾਦ ਦੇਵਾਂਗਾ। ਅੱਜ ਤੋਂ ਤਕਰੀਬਨ 6-8 ਮਹੀਨੇ ਪਹਿਲਾਂ ਇਸ ਪ੍ਰੋਜੈਕਟ ਬਾਰੇ ਰਕੇਸ਼ ਜੀ ਨੇ ਡਿਸਕਸ ਕੀਤੀ ਸੀਗੀ, ਅਤੇ ਉਹ ਡਿਸਕਸ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਰਕੇਸ਼ ਜੀ, ਜਿੱਥੇ ਇਹ ਪ੍ਰੋਜੈਕਟ ਬਣਾ ਰਹੇ ਨੇ। ਦੇਖੋ ਉਹ ਸਾਡੇ, ਅਸੀਂ ਜੈਨ ਧਰਮ ਨੂੰ ਬਿਲੋਂਗ ਕਰਦੇ ਹਾਂ, ਜੈਨ ਧਰਮ ਸਾਡੇ ਭਗਵਾਨ ਮਹਾਵੀਰ ਸਵਾਮੀ ਜੀ ਦਾ ਇੱਕ ਨਾਰਾ ਹੈ, ਜੀਓ ਔਰ ਜੀਨੇ ਦੋ। ਔਰ ਦੇਖੋ ਹਰ ਆਦਮੀ ਆਪਣੇ ਲਈ, ਆਪਣੇ ਪਰਿਵਾਰ ਲਈ ਤਾਂ ਘਰ ਬਣਾਉਂਦਾ, ਪੈਸੇ ਖਰਚ ਕਰਦਾ, ਹਰ ਇੱਕ ਐਂਟਰਟੇਨਮੈਂਟ ਕਰਦਾ, ਲੇਕਿਨ ਰਕੇਸ਼ ਜੀ ਨੇ ਜਿਹੜਾ ਪੰਜਾਬ ਲੈਵਲ 'ਤੇ ਇੱਕ ਇਹ ਬੀੜਾ
एक प्रोजेक्ट जीव दया वास्ते बनाना शुरू किया। मैं इसकी बहुत बहुत सराहना करांगा और अज इत्थे आके सानू बहुत खुशी हो रही है जदों असीं ये टावर देखे। इत्थे लगभग 3,350 पक्षी जदों थक हार के अपने अपने घर च जाणगे, जिदा कि राकेश जी ने दस्या कि हुण पेड़ कट्टे जा रहे ने पक्षियों के रहन वास्ते, कोई आलने हैं नहीं, तो इत्थे जदों पक्षी आके रात नूं आराम करनगे। राकेश जी ने एक गल की प्रॉफिट की, तो मैनूं इन्हां दी गल सुन के बड़ा ही आनंद आया कि इन्होंने कहा देखो ये साडा प्रॉफिट ही है। देखो जदों एक पक्षी इत्थे आके आलने दे विच आराम करेगा, उन्हूं दाने नाल दाना मिलेगा, उनकी भुख प्यास हर चीज़ मिटूगी, उनकी किन्नियां सीसां लगन। तो मैं राकेश जी नूं इस प्रोजेक्ट बारे बहुत बहुत इन्हां दी सराहना करदा और अपने वालों ये विश्वास दिलावांगा कि राकेश जी इस प्रोजेक्ट वास्ते तन मन धन नाल असी हर टाइम तुहाडे नाल खड़े हैं। जिथे साडी सेवा होगी असी इस सेवा लई हमेशा तुहाडे नाल हाजिर खड़े हैं। जिथे मर्जी साडी अद्धी रात नूं ड्यूटी लगाओ और परमात्मा अगे यही दुआ करांगे। अज ये लुधियाने शहर दे विच हमड़ा रोड ते गौ धाम दे कोले एक प्रोजेक्ट बनता पिया और आने वाले 2-4-5 सालों दे विच मैं यही दुआ करांगा कि ये प्रोजेक्ट इस संस्था के अंडर जगह जगह ये पंजाब लैवल ते बनन, तां कि जिथे जिथे पक्षियों इन्हां दी रहण दी जगह चाहिए है इन्हां दीआं ब्रांचां बनन। इन्हां शब्दां दे नाल ही जय जनेंद्र, जय महावीर। ਤੁਹਾਡਾ ਕੀ ਕਹਿਣਾ ਹੈ ਕਿ ਪੰਜਾਬ ਵਿੱਚ ਇਹ ਤੁਹਾਡੇ ਜੈਨ ਸਮਾਜ ਵੱਲੋਂ ਪਹਿਲਾ ਉਪਰਾਲਾ ਹੈ ਜੋ ਕਿ ਪਕਸ਼ੀਆਂ ਵਾਸਤੇ ਕੀਤਾ ਜਾ ਰਿਹਾ? ਸਾਡੇ ਜੈਨ ਸਮਾਜ ਵੱਲੋਂ ਇਹ ਸਾਡਾ ਪਹਿਲਾ ਉਪਰਾਲਾ ਹੈ ਔਰ ਪਹਿਲੇ ਸਾਡਾ ਉਪਰਾਲਾ ਜੀ ਵਾਲਾ। ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜੀ ਇਹ ਕੋਸ਼ਿਸ਼ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ? ਬੋਲ ਭਗਵਾਨ ਮਹਾਵੀਰ ਸਵਾਮੀ ਕੀ ਜੈ। ਅੱਜ ਇੱਥੇ ਆ ਕੇ ਮੈਨੂੰ ਬਹੁਤ ਹੀ ਜ਼ਿਆਦਾ ਪ੍ਰਸੰਨਤਾ ਹੋ ਰਹੀ ਹੈ। ਸ਼੍ਰੀ ਮਹਾਵੀਰ ਜੈਨ ਜੀਵ ਦਿਆ ਸੰਸਥਾਨ ਜਿਨ੍ਹਾਂ ਦੇ ਪ੍ਰਧਾਨ ਸੇਵਾਦਾਰ ਕਹਿ ਲਓ, ਪ੍ਰਧਾਨ ਜੀ ਕਹਿ ਲਓ, ਰਾਕੇਸ਼ ਜੀ ਦੇ ਹੱਥ ਬਾਗਡੋਰਾਂ ਦੀ, ਸਭ ਤੋਂ ਪਹਿਲਾਂ ਮੈਂ ਰਾਕੇਸ਼ ਜੀ ਬਾਰੇ ਕਹਿਣਾ ਚਾਹਾਂਗਾ। ਇਹ ਇੰਨੇ ਕਰਮਠ ਕਾਰਿਆਕਰਤਾ ਹੈ ਔਰ ਇਹਨਾਂ ਵਿੱਚ ਇੰਨਾ ਜਨੂੰਨ ਹੈ, ਇਹ ਜਿਹੜੇ ਕੰਮ ਨੂੰ ਫੜਦੇ ਹੈ ਚਾਹੇ ਇਕੱਲੇ ਹੈ, ਇੱਕ ਜਨੂੰਨ ਪੈਦਾ ਕਰਕੇ ਲੱਗਦੇ ਹੈ ਅਤੇ ਉਹਨੂੰ ਇੱਕ ਮੰਜ਼ਿਲ ਤੱਕ ਪਹੁੰਚਾ ਕੇ ਹਟਦੇ ਹੈ ਔਰ ਉਸੇ ਜਨੂੰਨ ਨੂੰ ਸ਼ੁਰੂ ਕਰਦੇ ਕਰਦੇ 8 ਮਹੀਨੇ ਦੇ ਵਿੱਚ ਵਿੱਚ ਐਡੀ ਬਿਲਡਿੰਗ ਦਾ ਇਹਨਾਂ ਨੇ ਖੜ੍ਹਾ ਕਰਤਾ ਜਿਹਦੀ ਅੱਜ ਮੈਨੂੰ ਇੰਨੀ ਪ੍ਰਸੰਨਤਾ ਹੈ। ਔਰ ਆਪਣੇ ਭਗਵਾਨ ਦਾ ਇੱਕੋ ਨਾਰਾ ਸੀਗਾ, ਜੀ ਔਰ ਜੀਨੇ ਦੋ, ਬੇਦਰਦ ਜੀਵਾਂ ਨੂੰ ਇੱਥੇ ਆ ਕੇ ਇਲਾਜ ਕਰਨਾ, ਇੱਥੇ ਰਹਿਣ ਦੀ ਉਹਨਾਂ ਦੀ ਜਗ੍ਹਾ ਬਣਾਉਣੀ, ਉਹ ਇੱਕ ਬਹੁਤ ਸਾਡੇ ਜੈਨ ਸਮਾਜ ਲਈ ਸਰਾਹਨੀਆ ਕੰਮ ਹੈ ਔਰ ਉਹਨਾਂ ਜੀਵਾਂ ਦੀ ਆਤਮਾ ਨੂੰ ਇੱਕ ਸ਼ਾਂਤੀ ਦੇਣੀ, ਇਹ ਇਹਨਾਂ ਨੇ ਬੜਾ ਵੱਡਾ ਪੁੰਨ ਦਾ ਕੰਮ ਚੱਕਿਆ। ਪੂਰਾ ਜੈਨ ਸਮਾਜ, ਸਾਰੇ ਸਮਾਜਾਂ ਇਸ ਕੰਮ ਦੇ ਨਾਲ ਇਹਨਾਂ ਨਾਲ ਬਾਹਵਣਾ ਬਾਹਵਾਂ ਲਾ ਕੇ ਚੱਲਣਗੀਆਂ। ਅਸੀਂ ਵੀ ਹਰ ਵਕਤ ਇਹਨਾਂ ਦੇ ਨਾਲ ਤਿਆਰ ਹੈ, ਤਨ ਮਨ ਧਨ ਨਾਲ ਸੇਵਾ ਕਰਾਂਗੇ ਇਸ ਸੰਸਥਾ ਨੂੰ ਚਲਾਉਣ ਲਈ। ਜਿੱਦਾਂ ਮੇਰੇ ਭਰਾ ਵਿਸ਼ਾਲ ਨੇ ਦੱਸਿਆ ਵੀ ਇਹ ਸ਼ੁਰੂਆਤ ਹੋਈ ਹੈ, ਇਹਦੀਆਂ ਬ੍ਰਾਂਚਾਂ ਜਗ੍ਹਾ ਜਗ੍ਹਾ 'ਤੇ ਬਣਨਗੀਆਂ ਔਰ ਮੈਂ ਫਿਰ ਰਾਕੇਸ਼ ਨੂੰ ਇਸ ਕੰਮ ਦੀ ਵਧਾਈ ਦਿੰਦਾ ਵੀ ਇਹ ਜਿਹੜਾ ਕੰਮ ਕੀਤਾ ਬਹੁਤ ਸਰਾਹਨੀ ਕੰਮ ਹੈ। ਬੋਲ ਭਗਵਾਨ ਮਹਾਵੀਰ ਸਵਾਮੀ ਕੀ ਜੈ। ਅਤੇ ਸਰ ਪੁੱਛਣਾ ਚਾਹਾਂਗੀ, ਪਕਸ਼ੀ ਤਾਂ ਆਪਣਾ ਦੁੱਖ ਤਕਲੀਫ ਜਿਹੜੇ ਬੋਲ ਕੇ ਵੀ ਨਹੀਂ ਦੱਸ ਸਕਦੇ, ਅਤੇ ਤੁਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਵਾਸਤੇ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ, ਤੁਸੀਂ ਇਸ ਸੰਸਥਾ ਨਾਲ ਕਦੋਂ ਜੁੜੇ? ਇਹ ਸੰਸਥਾ ਨਾਲ ਅਸੀਂ ਪਿਛਲੇ 5-7 ਸਾਲਾਂ ਤੋਂ ਜੁੜੇ ਹੋਏ ਹਾਂ। ਰਾਕੇਸ਼ ਜੀ ਜਿਹੜਾ ਵੀ ਕੰਮ ਕਰਦੇ ਆ ਕਿਸੇ ਵੀ ਅੱਗੇ ਆ ਕੇ, ਉਹ ਹਮੇਸ਼ਾ ਸਾਹਨੀਯ ਕੰਮ ਕਰਦੇ ਆ। ਇਹ ਜਿਹੜਾ ਜੀਵ ਦਿਆ ਦਾ ਕੰਮ ਕੀਤਾ ਇਹਨਾਂ ਨੇ, ਇਹ ਬਹੁਤ ਸਾਹਨੀਯ ਕੰਮ ਹੈ ਕਿ ਜਿਹੜਾ ਇਹਨਾਂ ਨੇ ਜੀਵ ਜਿਹੜਾ ਸ਼ਾਮ ਨੂੰ ਥੱਕਿਆ ਹਾਰਿਆ ਇੱਥੇ ਆਊਗਾ ਅਤੇ ਉਹ ਇੱਥੇ ਆ ਕੇ ਆਪਣਾ ਆਰਾਮ ਕਰੂਗਾ ਅਤੇ ਉਹ ਆਪਣਾ ਜੀਵਨ ਵਿੱਚ ਆਪਣੀ ਸੁੱਖ ਸ਼ਾਂਤੀ ਪਾਊਗਾ। ਅਤੇ ਇਹਦੇ ਵਿੱਚ ਜੋ ਇਹਨਾਂ ਨੇ ਪਾਣੀ ਦੇ ਵਾਸਤੇ ਜੋ ਉਹਦੇ ਵਾਸਤੇ ਇਹ ਰੱਖਿਆ ਉਪਰਾਲਾ, ਮੈਂ ਇਹਦੀ ਬਹੁਤ ਸ਼ਲਾਘਾ ਕਰਦਾ ਅਤੇ ਮੈਂ ਰਾਕੇਸ਼ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜਿੱਥੇ ਵੀ ਇਹ ਜੁੜਤ ਹੋਵੇ ਅਸੀਂ ਸਾਥੀ ਇਹਨਾਂ ਨਾਲ ਖੜ੍ਹੇ ਹਾਂ। ਜਿਹੜੇ ਲੁਧਿਆਣੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਲੈਵਲ 'ਤੇ ਜਿੱਥੇ ਵੀ ਜਿੱਥੇ ਬਣਾਉਣਗੇ ਉੱਥੇ ਸਹਿਯੋਗ ਐਸ ਐਸ ਜੈਨ ਸਭਾ ਹੈਬੋਵਾਲ ਦੇ ਪ੍ਰਧਾਨ ਸ਼੍ਰੀ ਪੰਕਜ ਜੀ ਹੈ, ਵਿਸ਼ਾਲ ਜੀ ਹੈ ਅਤੇ ਮੈਂ ਰਾਜੀਵ ਜੈਨ, ਅਸੀਂ ਸਹਿਯੋਗ ਹਰ ਵੇਲੇ ਇਹਨਾਂ ਦਾ ਦਿੰਦੇ ਰਹਾਂਗੇ। ਜੈ ਮਾਂ ਵੀ। ਸਰ ਤੁਹਾਡਾ ਕੀ ਕਹਿਣਾ ਇਸ ਉਪਰਾਲੇ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਰਾਕੇਸ਼ ਜੀ ਨੂੰ, ਜਿਹੜੇ ਕਿ ਮੇਰੇ ਬਹੁਤ ਹੀ ਸਾਡੇ ਪਰਿਵਾਰਕ ਮੈਂਬਰ ਆ, ਇਹਨਾਂ ਨੂੰ ਇਸ ਉਪਰਾਲੇ ਦੀ ਜਿਹੜੀ ਹੈ ਮੈਂ ਬਹੁਤ ਹੀ ਵਧਾਈ ਦਿੰਦਾ। ਜਿਹੜਾ ਇਹਨਾਂ ਨੂੰ ਇਹ ਉਪਰਾਲਾ ਇਹਨਾਂ ਦੇ ਦਿਮਾਗ 'ਚ ਫੌਰਨ ਆਫ ਹੋਇਆ ਜਾਂ ਟ੍ਰਾਂਸਪਲਾਂਟ ਹੋਇਆ, ਉਹ ਇਹਨਾਂ ਦੇ ਜੋ ਮਾਤਾ ਪਿਤਾ ਦੇ ਸੰਸਕਾਰ, ਜੋ ਇਹਨਾਂ ਦੇ ਗੁਰੂਆਂ ਪੀਰਾਂ ਦੇ ਸੰਸਕਾਰ, ਇਹ ਇੱਕ ਉਹਦਾ ਹੀ ਨਤੀਜਾ ਆ। ਅਤੇ ਬਾਕੀ ਜਦੋਂ ਅਸੀਂ ਪ੍ਰਾਣੀ ਜਨਮ ਲੈਂਦਾ ਉਹਦਾ ਇੱਕ ਮੇਰੇ ਮੁਤਾਬਕ ਤਾਂ ਹੁੰਦਾ ਵੀ ਮਨੋਰਥ ਇੱਕ ਇਹ ਹੁੰਦਾ ਵੀ ਅਸੀਂ ਆਪਣਾ ਜੋ ਨੇਚਰ ਹੈਗੀ ਆ, ਨੇਚਰ ਨੂੰ ਮੈਂ ਰੱਬ ਮੰਨਦਾ, ਜਿਹੜੀ ਨੇਚਰ ਹੈਗੀ ਆ ਵੀ ਉਹਨੂੰ ਉਹਦੀ ਸਾਂਭ ਸੰਭਾਲ ਕਰਨੀ ਆ, ਕਿਉਂਕਿ ਇਹ ਵੀ ਇੱਕ ਨੇਚਰ ਦੀ ਸਾਂਭ ਸੰਭਾਲ ਹੀ ਆ। ਅਤੇ ਪੰਛੀਆਂ ਤੋਂ ਵੱਡੀ ਕੁਦਰਤ ਕੀ ਹੋ ਸਕਦੀ ਆ? ਇੱਕ ਆਪਣੇ ਕਹਾਵਤ ਆ ਵੀ ਕਹਿੰਦੇ ਵੀ ਜਿੱਥੇ ਪੇੜ ਲੱਗੇ ਹੋਣ, ਜੰਗਲ ਹੋਣ, ਪੰਛੀ ਆਪਣੇ ਆਪ ਆ ਜਾਂਦੇ ਆ। ਪਰ ਇੱਥੇ ਹੁਣ ਆਪਾਂ ਤਾਂ ਪੇੜ ਕੱਟੀ ਜਾ ਰਹੇ ਹਾਂ ਸਾਰੀਆਂ ਕਰਕੇ ਹਰ ਪਾਸੇ, ਜੇ ਹੁਣ ਆਪਾਂ ਇੱਦਾਂ ਦੇ ਪੰਛੀਆਂ ਵਾਸਤੇ ਘਰ ਨਹੀਂ ਬਣਾਵਾਂਗੇ ਤਾਂ ਆਪਣੀਆਂ ਜਿਹੜੀਆਂ ਪੰਛੀਆਂ ਦੀਆਂ
ਕਿੰਨੀਆਂ ਆਪਾਂ ਕਹਿ ਸਕਦੇ ਵੀ ਕੋਲਾਂ ਦਾ ਨਾਸ਼ ਹੋ ਜੂਗਾ, ਜਿੱਦਾਂ ਆਪਾਂ ਡਾਇਨਾਸੋਰ ਨੂੰ ਜਿੱਦਾਂ ਹੋਰਾਂ ਨੂੰ ਨਹੀਂ ਸੰਭਾਲਿਆ ਗਿਆ ਉੱਦਾਂ ਗਿਆ ਗਿਆ, ਅਤੇ ਹਰ ਕਰਕੇ ਇਹ ਵੀ ਹੌਲੀ ਹੌਲੀ ਕਰਕੇ ਨਿੱਕੀਆਂ ਨਿੱਕੀਆਂ ਚਿੜੀਆਂ ਪਹਿਲਾਂ ਸੀਗੀਆਂ ਖਤਮ ਹੋ ਗਈ, ਹੁਣ ਫਿਰ ਜਦੋਂ ਹਰ ਇੱਕ ਨੇ ਉਪਰਾਲੇ ਕੀਤੇ ਆ ਫਿਰ ਬਲਕਿ ਪੰਛੀ ਹਰ ਜਗ੍ਹਾ 'ਤੇ ਹੁਣ ਇੱਥੇ ਆਪਣੇ ਆਪ ਸ਼ੁਰੂ ਹੋਣਗੇ। ਹੁਣ ਵੀ ਦੇਖੋ, ਹੁਣ ਵੀ ਟੋਪ 'ਤੇ ਮੇਰੇ ਖਿਆਲ ਹੁਣ ਵੀ ਕਈ ਪੰਛੀ ਆਪਾਂ ਨੂੰ ਉੱਡਦੇ ਦਿਸੇ ਸੀ। ਦੂਸਰਾ ਮੈਂ ਹੋਰ ਕਹਿੰਦਾ ਵੀ ਇਹ ਇੱਕ ਐਸੀ ਬਹੁਤ ਹੀ ਜਗ੍ਹਾ ਦੀ ਲੋਕੇਸ਼ਨ ਬਹੁਤ ਸੋਹਣੀ ਸੀ, ਬਿਊਟੀਫੁਲ ਪਲੇਸ ਲਾਗੇ ਇੱਕ ਗਊਧਾਮ ਹੈਗਾ, ਧਾਰਮਿਕ ਹੈਗੀ ਆ, ਕਿਉਂਕਿ ਪੰਛੀ ਵੀ ਮਹਾਰਾਜ ਦਾ ਨਾਂ ਨਾਲ ਸੰਗੀਤ ਸੁਣਿਆ ਕਰਨਗੇ ਅਤੇ ਇਹਨੇ ਪ੍ਰਭੂ ਦਾ ਨਾਂ ਲਿਆ ਕਰਨਗੇ, ਇਹਨਾਂ ਨੂੰ ਵੀ ਪੰਛੀਆਂ ਨੂੰ ਵੀ ਅੱਛਾ ਲੱਗਦਾ ਅਤੇ ਸਾਨੂੰ ਵੀ ਇਹਨਾਂ ਦੀ ਜਿਹੜੀ ਆਪਣੀ ਪੰਛੀਆਂ ਦੀ ਜਦੋਂ ਸਵੇਰੇ ਉੱਠਦੇ ਆਪਾਂ ਨੂੰ ਕੋਈ ਇਹਦੀ ਇੱਦਾਂ ਦਾ ਮਿਲ ਜਾਵੇ ਅਤੇ ਸੰਗੀਤ ਮਿਲ ਜਾਵੇ, ਆਪਾਂ ਕਹਿੰਦੇ ਯਾਰ ਇਹ ਤਾਂ ਕੁਦਰਤ ਵੱਲੋਂ ਐਡਾ ਵੱਡਾ ਸੰਗੀਤ ਆ, ਅਤੇ ਮੇਰੇ ਮੁਤਾਬਕ ਤਾਂ ਵੀ ਇਦੋਂ ਵੱਡਾ ਤਾਂ ਉਪਰਾਲਾ ਹੋਰ ਕੋਈ ਨਹੀਂ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਇਹਨਾਂ ਦੇ ਉੱਦਮ ਨੂੰ ਫਲ ਲਵੇ। ਧੰਨਵਾਦ। ਤੁਹਾਡਾ ਕੀ ਕਹਿਣਾ? ਮੈਂ ਪਹਿਲਾਂ ਤਾਂ ਸਰਦਾਰ ਰਿਸ਼ਪਾਲ ਸਿੰਘ ਜੀ, ਇੰਜੀਨੀਅਰ ਇਨ ਚੀਫ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ 'ਚੋਂ ਰਿਟਾਇਰ ਹੋਏ ਹਨ, ਬਹੁਤ ਵਧੀਆ ਬੋਲ ਕੇ ਗਏ ਆ ਰਕੇਸ਼ ਜੈਨ ਜੀ ਦੇ ਕੀਤੇ ਹੋਏ ਉਪਰਾਲੇ ਦੇ, ਉਹਨਾਂ ਨੇ ਸ਼ਰਾਹਨਾ ਕੀਤੀ ਹੈ। ਇਹ ਵਾਕਿਆ ਹੀ ਐਪਰੀਸ਼ੀਏਸ਼ਨ ਵਾਲਾ ਕੰਮ ਹੈਗਾ। ਮੈਂ 20 ਸਾਲ ਤੋਂ ਰਕੇਸ਼ ਜੈਨ ਜੀ ਨੂੰ ਜਾਣਦਾ, ਇਹ ਹਮੇਸ਼ਾ ਸੁਸਾਇਟੀ ਲਈ ਚੰਗੇ ਕੰਮ ਕਰਦੇ ਰਹੇ ਆ, ਪਰ ਇਹ ਜਿਹੜਾ ਕੰਮ ਕੀਤਾ ਇੱਕ ਵਿਲੱਖਣ ਹੈ, ਇਹ ਦੂਸਰਿਆਂ ਲਈ ਇੱਕ ਮੋਟੀਵੇਸ਼ਨ ਹੈ ਕਿ ਇਹੋ ਜਿਹੇ ਕੰਮ ਵੀ ਕੀਤੇ ਜਾ ਸਕਦੇ ਆ। ਇਹ ਸ਼ੁਰੂਆਤ ਕਰਨ ਵਾਲੇ ਆ ਲੁਧਿਆਣੇ ਵਿੱਚ ਜਾਂ ਕਹਿ ਲਓ ਪੰਜਾਬ ਵਿੱਚ ਇਹੋ ਜਿਹੇ ਕੰਮਾਂ ਦੀ। ਇਹਨਾਂ ਨੇ ਇਹਦੇ ਲਈ ਬੜੀ ਮਿਹਨਤ ਕੀਤੀ, ਕਿੰਨੇ ਸਾਲਾਂ ਤੋਂ ਲੱਗੇ ਹੋਏ, ਪਹਿਲਾਂ ਉਜੈਨ ਗਏ, ਗੁਜਰਾਤ ਗਏ। ਦੇਖੋ, ਆਪਾਂ ਇਨਸਾਨਾਂ ਨੇ ਗਰਮੀ ਤੋਂ ਬਚਣ ਲਈ ਏਸੀ, ਸਰਦੀ ਤੋਂ ਬਚਣ ਲਈ ਹੀਟਰ, ਗੀਜ਼ਰ, ਕਈ ਕੁਛ ਉਪਰਾਲੇ ਕਰ ਲਏ, ਪਰ ਪੰਛੀਆਂ ਨੂੰ ਅਸਹਿ ਸਰਦੀ ਤੋਂ ਬਚਾਉਣ ਲਈ, ਅਸਹਿ ਗਰਮੀ ਤੋਂ ਬਚਾਉਣ ਲਈ ਕਦੇ ਅਸੀਂ ਸੋਚਿਆ ਨਹੀਂ। ਹਰ ਤਰ੍ਹਾਂ ਦਾ ਵੈਦਰ ਆਪ ਝੱਲਣਾ ਪੈਂਦਾ। ਕਿਸੇ ਪੰਛੀ ਨੇ ਐੱਗ ਲੇ ਕਰਨੇ ਹੈ, ਉਹਨੂੰ ਪਹਿਲਾਂ ਉਹਦਾ ਆਲ੍ਹਣਾ ਤਿਆਰ ਕਰਨਾ ਪੈਂਦਾ ਸੀ, ਫਿਰ ਉਹ ਐੱਗ ਲੇ ਕਰਨੇ, ਫਿਰ ਬੱਚੇ ਉੱਥੇ ਹੋਣੇ, ਫਿਰ ਬੱਚੇ ਨੂੰ ਹਰ ਵੈਦਰ ਤੋਂ ਬਚਾਉਣਾ। ਇਹ ਜਿਹੜੇ ਆਲ੍ਹਣੇ ਬਣੇ ਹੈ, ਇਹਨਾਂ 'ਚ ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਉਹਨਾਂ ਦੇ ਬੱਚੇ ਵੀ ਇਹਦੇ 'ਚ ਵੱਡੇ ਹੋਣਗੇ, ਉਹਨਾਂ ਨੂੰ ਜ਼ਿਆਦਾ ਮੁਸ਼ੱਕਤ ਵੀ ਨਹੀਂ ਕਰਨੀ ਪਊਗੀ। ਅੱਜ ਦੀ ਡੇਟ 'ਚ ਇਹਨਾਂ ਚੀਜ਼ਾਂ ਦੀ ਲੋੜ ਹੈ। ਕਿਉਂ ਲੋੜ ਹੈ? ਅੱਗੇ ਪੰਛੀ ਜਦੋਂ ਆਲ੍ਹਣੇ ਬਣਾਉਂਦੇ ਸੀ, ਸਮੱਗਰੀ ਉਪਲਬਧ ਹੁੰਦੀ ਸੀਗੀ, ਬਹੁਤ ਜ਼ਿਆਦਾ ਦਰਖਤ ਸਨ, ਬਹੁਤ ਜ਼ਿਆਦਾ ਝਾੜੀਆਂ ਸਨ, ਉਹ ਆਪਣਾ ਆਲ੍ਹਣਾ ਬਣਾ ਲੈਂਦੇ ਸੀ। ਅੱਜ ਸਮੱਗਰੀ ਹੈ ਨਹੀਂ, ਉਹ ਲਾਚਾਰ ਹੋਏ ਪਏ ਸਨ। ਹੁਣ ਉਹਨਾਂ ਨੂੰ ਜਦੋਂ ਰੈਡੀਮੇਡ ਘਰ ਮਿਲਣਗੇ, ਫਲੈਟ ਮਿਲਣਗੇ, ਜਿੱਥੋਂ ਆਪਣਾ ਹਰ ਤਰ੍ਹਾਂ ਦੇ ਵੈਦਰ ਤੋਂ ਬਚ ਸਕਦੇ ਆ, ਸਹਿ ਠੰਡ ਤੋਂ, ਸਹਿ ਗਰਮੀ ਤੋਂ ਬਚ ਸਕਦੇ ਹੈਗੇ ਆ। ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਨਾਲੇ ਉਹਨਾਂ ਵਾਸਤੇ ਕਿੰਨੀਆਂ ਦਿੱਕਤਾਂ? ਜਿਹੜੀ ਗਲੋਬਲ ਵਾਰਮਿੰਗ ਹੈ, ਪੰਛੀ ਖਤਮ ਹੋਣੇ, ਦਰਖਤ ਖਤਮ ਹੋਣੇ, ਇਹ ਦੋਨੋਂ ਇੱਕ ਦੂਜੇ ਨਾਲ ਰਿਲੇਟਡ ਹੈ। ਦਰਖਤਾਂ ਨਾਲ ਪੰਛੀ ਆਉਂਦੇ ਆ ਅਤੇ ਪੰਛੀਆਂ ਨਾਲ ਦਰਖਤ ਵੱਧਦੇ ਆ, ਕਿਉਂਕਿ ਪੰਛੀ ਜਦੋਂ ਇੱਕ ਗਿਟਕ ਜਾਂ ਇੱਕ ਬੀਜ ਕਿਸੇ ਦੂਸਰੀ ਜਗ੍ਹਾ ਸਿੱਟਦਾ ਜਾਂ ਉਹਦੇ ਬਿੱਠ ਵਿੱਚ ਜਾ ਕੇ ਡਿੱਗਦਾ ਤਾਂ ਦਰਖਤ ਉਤਪੰਨ ਹੁੰਦੇ ਆ। ਸ੍ਰਿਸ਼ਟੀ ਐਂ ਚੱਲਦੀ ਹੈ, ਅਤੇ ਸ੍ਰਿਸ਼ਟੀ ਨੂੰ ਬਚਾਉਣ ਲਈ ਪੰਛੀਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਨੇਚਰ ਨੂੰ ਬਚਾਉਣ ਲਈ ਪੰਛੀਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜਿਹੜਾ ਉਪਰਾਲਾ ਕੀਤਾ ਇਹਨਾਂ ਨੇ, ਬਹੁਤ ਵਧੀਆ ਉਪਰਾਲਾ, ਅਸੀਂ ਹਰ ਤਰ੍ਹਾਂ ਇਹਨਾਂ ਨਾਲ ਇਹਨਾਂ ਨੂੰ ਸਹਿਯੋਗ ਕਰਾਂਗੇ, ਅਤੇ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਲੋਕ ਆਪਣੇ ਆਪ ਨਾਲ ਜੁੜਦੇ ਜਾਣਗੇ। ਥੈਂਕ ਯੂ। ਸਰ, ਇਹ ਬਿਲਡਿੰਗ ਹੈ ਵੈਸੇ ਕਿੰਨੀ ਕੁ ਲੰਬੀ, ਕੀ ਇਸਦਾ ਕੀ ਹੈ? ਜੇ ਆਪਾਂ ਜਿੱਥੇ ਆਪਾਂ ਖੜੇ ਹਾਂ ਸੈਕਿੰਡ ਫਲੋਰ ਤੋਂ, ਅਪਰੋਕਸੀਮੇਟ 50 ਫੁੱਟ ਉੱਚੀ ਹੈ ਜੀ, ਅਤੇ ਗਰਾਊਂਡ ਫਲੋਰ ਤੋਂ ਲੈ ਲਈਏ, ਜ਼ਮੀਨ ਤੋਂ ਲੈ ਲਈਏ ਤਾਂ 80-85 ਫੁੱਟ ਹੈ ਜੀ। ਅਤੇ ਮੈਂ ਹੁਣ ਕਹਿਣਾ ਚਾਹੂੰਗੀ, ਤੁਸੀਂ ਲੋਕਾਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੋਗੇ? ਲੋਕਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹਵਾਂਗੇ ਜੀ, ਅਸੀਂ ਜਿਸ ਕੰਮ ਲਈ ਚੱਲੇ ਹਾਂ, ਜੀਵ ਦਿਆ ਦੇ ਕੰਮ ਲਈ ਚੱਲੇ ਹਾਂ, ਲੋਕ ਸਾਨੂੰ ਇਹਦੇ ਵਿੱਚ ਸਹਿਯੋਗ ਕਰਨ, ਸਾਡੇ ਮੈਂਬਰ ਬਣਨ। ਸਾਨੂੰ ਇਕੱਲੇ ਪੈਸੇ ਤੱਕ ਮਤਲਬ ਨਹੀਂ ਹੈ, ਸਾਨੂੰ ਕਾਰਿਆਕਰਤਾ ਵੀ ਚਾਹੀਦੇ ਆ, ਹਰ ਤਰ੍ਹਾਂ ਦੇ ਚਾਹੀਦੇ ਆ ਬੰਦੇ, ਜਿਹਦੇ ਨਾਲ ਤਨ ਮਨ ਧਨ ਦੇ ਨਾਲ ਅਸੀਂ ਸਭ ਨੂੰ ਲੈ ਕੇ ਚੱਲੀਏ, ਅਤੇ ਇਹਦੀ ਜਿਹੜੀ ਸਾਡੀ ਅਗਲੀ ਕਾਰਵਾਈ ਹੈ, ਅਸੀਂ ਇਹਨੂੰ ਵਧਾਉਂਦੇ ਹੋਏ ਥਾਂ ਥਾਂ 'ਤੇ ਅੱਗੇ ਅਸੀਂ ਇਹਨੂੰ ਬਣਾਈਏ। ਸਾਰੇ ਪੰਜਾਬ ਦੇ ਵਿੱਚ ਇੱਕ ਇਹਦੀਆਂ ਦੀਆਂ ਬ੍ਰਾਂਚਾਂ ਅਸੀਂ ਖੋਲ੍ਹ ਕੇ ਪੰਛੀਆਂ ਦੇ ਲਈ ਜਿਹੜੀ ਜੀਵ ਸੇਵਾ ਦਾ ਹੈਗਾ ਉਹਨੂੰ ਅਸੀਂ ਇੱਕ ਉੱਚੇ ਪੱਧਰ 'ਤੇ ਕੰਮ ਕਰੀਏ। ਤਾਂ ਤੁਹਾਨੂੰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜ ਰਹੋ। ਮੈਂ ਸ਼ੁਪ੍ਰੀਤ ਕੌਰ, ਕੈਮਰਾਮੈਨ ਰੋਹਿਤ ਦੇ ਨਾਲ ਦਾ ਬਾਬੂਸ਼ਾਹੀ ਟਾਈਮਸ।